ਸੈਂਟਰਲ ਪਾਰਕ ਵਿੱਚ ਵੀਕੇਬੀ ਗਰੁੱਪ ਵੱਲੋਂ ਯੋਗ ਗੁਰੂ ਵਿਨੀਤ ਬਾਂਸਲ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗਾ ਸ਼ੋਅ ਦੀ ਸ਼ੁਰੂਆਤ ਗਰੁੱਪ ਮੈਂਬਰਸ ਵੱਲੋਂ ਸੂਰਿਆ ਨਮਸਕਾਰ ਦੇ ਨਾਲ ਕੀਤੀ ਗਈ ਅਤੇ ਇਸ ਦੇ ਉਪਰੰਤ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣਾਂ ਦਾ ਪ੍ਰਦਰਸ਼ਨ ਕਰਦੇ ਹੋਏ ਹਾਜ਼ਰੀ ਨੂੰ ਰੋਜ਼ਾਨਾ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਿਨੀਤ ਬਾਂਸਲ ਨੇ ਦੱਸਿਆ ਕਿ ਬਦਲਦੇ ਸਮੇਂ ਦੇ ਨਾਲ ਯੋਗਾ ਦਾ ਸਵਰੂਪ ਵੀ ਬਦਲਿਆ ਹੈ। ਨਹੀਂ, ਮੈਂ ਸਮਝਦਾ ਕਿ ਜਿਨ੍ਹਾਂ ਨੂੰ ਯੋਗਾ ਦੀ ਸਮਝ ਆ ਗਈ ਹੈ ਤਾਂ ਯੋਗਾ ਇਜ਼ ਏ ਵੇ ਆਫ ਲਾਈਫ। ਹਰ ਕੰਮ ਦੇ ਵਿੱਚ ਜੋ ਜ਼ਿੰਦਗੀ 'ਚ ਆਪਾਂ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਚੀਜ਼ ਦੇ ਵਿੱਚ ਯੋਗਾ ਜੁੜਿਆ, ਜੁੜਨ ਦਾ ਕੰਮ ਹੈ ਹਰ ਚੀਜ਼ ਦੇ ਵਿੱਚ ਯੋਗਾ ਹੈ। ਅਗਰ ਜੇ ਤੁਸੀਂ ਉਹਨੂੰ ਮਹਿਸੂਸ ਕਰਦੇ ਹੋ, ਤੁਹਾਡਾ ਹਰ ਐਕਸ਼ਨ, ਤੁਹਾਡਾ ਉੱਠਣਾ ਬੈਠਣਾ, ਸਭ ਤੋਂ ਵੱਡੀ ਗੱਲ ਹੈ ਸਾਹ ਲੈਣਾ, ਜਿਹਨੂੰ ਕਹਿੰਦੇ ਆ ਪ੍ਰਾਣ, ਸਾਹ ਪ੍ਰਾਣ, ਅਗਰ ਇਸ ਚੀਜ਼ ਨੂੰ ਦੇਖਿਆ ਜਾਏ ਤਾਂ ਹਰ ਚੀਜ਼ ਦੇ ਵਿੱਚ ਯੋਗਾ ਹੈ, ਸਿਰਫ ਇਹਨੂੰ ਮਹਿਸੂਸ ਕਰਨ ਦੀ ਗੱਲ ਹੈ। ਔਰ ਯੋਗਾ ਨੂੰ ਅਪਣਾ ਲੈਣਾ ਚਾਹੀਦਾ, ਇਸ ਤੋਂ ਬਿਨਾਂ ਜ਼ਿੰਦਗੀ ਜਿਹੜੀ ਹੈ ਉਹ ਉਨੀ ਮਜ਼ੇਦਾਰ ਨਹੀਂ ਹੈ ਜਿੰਨੀ ਜਦੋਂ ਇਹਨੂੰ ਸ਼ੁਰੂ ਕਰ ਲੈਂਦੇ ਹਾਂ, ਜੁਆਇਨ ਕਰ ਲੈਂਦੇ ਹਾਂ, ਜਿੰਨੀ ਉਹ ਹੁੰਦੀ ਹੈ। ਅਸੀਂ ਆਪਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਯੋਗਾ ਜਿਹੜਾ ਇਹ ਹਰ ਰੋਜ਼ ਹੀ ਕਰਨਾ ਚਾਹੀਦਾ, ਹਰ ਇੱਕ ਇਨਸਾਨ ਨੂੰ ਉਮਰ ਦੇ ਹਿਸਾਬ ਨਾਲ ਨਹੀਂ, ਵੱਡੇ ਨੂੰ ਛੋਟੇ ਨੂੰ ਯੋਗਾ ਕਰਨਾ ਚਾਹੀਦਾ। ਯੋਗਾ ਕਰਨ ਦੇ ਨਾਲ ਸਰੀਰ ਦੀ ਫਿਟਨੈਸ ਅਤੇ ਬਿਮਾਰੀਆਂ ਤੋਂ ਦੂਰ ਹੋ ਜਾਂਦਾ। ਇਹਨੂੰ ਹਰ ਬੰਦੇ ਨੂੰ ਹਰ ਉਮਰ ਦੇ ਨਾਲ ਇਹਨੂੰ ਜਿਸ ਤਰ੍ਹਾਂ ਇਹ ਐਕਸਰਸਾਈਜ਼ ਕਰ ਰਿਹਾ ਵੱਡੀ ਛੋਟੀ ਉਸ ਤਰ੍ਹਾਂ ਹਰ ਇੱਕ ਨੂੰ ਕਰਨਾ ਚਾਹੀਦਾ ਜੀ। ਅਸੀਂ ਮੈਂ ਆਮ ਡਿਊਟੀ ਦੌਰਾਨ ਦੇਖਦਾ ਰਹਿੰਦਾ ਇਹਨਾਂ ਦੇ ਦੋ ਚਾਰ ਪਾਰਕ, ਜਿਹੜੇ ਚਾਰਾਂ ਪਾਰਕਾਂ 'ਚ ਮੈਂ ਦੇਖਦਾ ਡੇਲੀ ਇਹ ਜਿਹੜੇ ਯੋਗਾ ਸਿੱਖਦੇ ਅਤੇ ਸਿਖਾਉਂਦੇ ਜੀ। ਇੱਕ ਮੰਦਰ ਨੇ ਇੱਥੇ ਮੰਦਰ ਦੇ ਵਿੱਚ ਵੀ ਕੋਚ ਸਾਹਿਬ ਡੇਲੀ ਸਿਖਾਉਂਦੇ ਆ ਅਤੇ ਸਿੱਖਦੇ ਆ। ਇਹੀ ਕਹਿ ਰਹੇ ਹਾਂ ਵੀ ਹਰ ਲੋਕ ਨੂੰ ਕਰਨਾ ਚਾਹੀਦਾ, ਜਿਵੇਂ ਕੋਚ ਸਾਹਿਬ ਨੇ ਕਿਹਾ ਸੀ ਵੀ ਤੁਰਦੇ ਫਿਰਦਿਆਂ ਵੀ ਇਹ ਯੋਗਾ ਕਰਨਾ ਚਾਹੀਦਾ। ਅਸੀਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਵੀ ਕਰਦੇ ਸੀ, ਪੀਟੀ ਪਹਿਲਾਂ ਹੁੰਦੀ ਸੀ, ਹੁਣ ਯੋਗਾ ਹੋ ਗਿਆ, ਇਹ ਫਿਟਨੈਸ ਵਾਸਤੇ ਕਰਨਾ ਚਾਹੀਦਾ ਜੀ। ਸਰ, ਮੈਨੇ 1 June 2022 ਕੋ ਯੋਗਾ ਜੁਆਇਨ ਕੀਆ ਥਾ। ਆਈ ਹੈਵ ਲੋਟ ਆਫ ਪ੍ਰੋਬਲਮਸ, ਬਟ ਟੂਡੇ ਆਈ ਐਮ ਐਨਰਜੈਟਿਕ, ਫੈਬੁਲਸ, ਐਂਡ ਦਿਸ ਇਜ਼ ਆਲ ਡਿਊ ਟੂ ਯੋਗਾ। ਯੋਗਾ ਇਜ਼ ਵੈਰੀ ਵੈਰੀ ਇੰਪੋਰਟੈਂਟ, ਵੈਰੀ ਵੈਰੀ ਅਸੈਂਸ਼ੀਅਲ ਫੋਰ ਐਵਰੀਵਨ। ਅਗਰ ਅੱਜ ਹਮ ਇੱਕ ਅੱਛਾ, ਸਵਸਥ, ਹੈਲਦੀ ਜੀਵਨ ਜੀਣਾ ਚਾਹਤੇ ਹੈ ਤੋ ਯੋਗਾ ਕੇ ਬਿਨਾ ਨਹੀਂ ਹੋਗਾ। ਇਟ ਇਜ਼ ਏ ਵੇ ਆਫ ਲਾਈਫ, ਹਮੇ ਜ਼ਰੂਰ ਸਭ ਕੋ ਇਸੇ ਅਪਣਾਉਣਾ ਚਾਹੀਏ, ਪੂਰੀ ਸੋਸਾਇਟੀ ਕੋ, ਪੂਰੇ ਦੇਸ਼ ਕੋ, ਅਗਰ ਹਮ ਆਪਣੇ ਦੇਸ਼ ਕਾ ਫਿਊਚਰ ਅੱਛਾ ਚਾਹਤੇ ਹੈ। ਲਿਆ ਰਿਹਾ ਸੀ ਬਟ ਇੰਨਾ ਕਮਰਸ਼ੀਅਲਾਈਜ਼ ਨਹੀਂ ਸੀ, ਲੋਕਾਂ ਨੂੰ ਪਤਾ ਨਹੀਂ ਸੀ, ਬਟ ਗਵਰਨਮੈਂਟ ਦੇ ਐਫਰਟਸ ਨਾਲ ਅਤੇ ਜਿਹੜੇ ਯੋਗਾ ਟੀਚਰਸ ਹੈ ਜਾਂ ਫਿਰ ਜਿਹੜੇ ਯੋਗੀਜ਼ ਹੈ ਉਹਨਾਂ ਦੇ ਐਫਰਟਸ ਨਾਲ ਅੱਜ ਇਹਨੂੰ ਇੱਕ ਪਹਿਚਾਣ ਮਿਲੀ ਹੈ ਵਿਸ਼ਵ ਸਤਰ 'ਤੇ। ਤਾਂ ਅਸੀਂ ਤਾਂ ਬਹੁਤ ਖੁਸ਼ ਹਾਂ ਵੀ ਯੋਗਾ ਨੂੰ ਹੁਣ ਦੁਬਾਰਾ ਤੋਂ ਇੰਨਾ ਪਹਿਚਾਣਾ ਜਾ ਰਿਹਾ, ਜਿਹੜਾ ਆਪਣੀ ਪਹਿਚਾਣ ਕਿਤੇ ਨਾ ਕਿਤੇ ਖੋ ਰਿਹਾ ਸੀ ਹੁਣ ਦੁਬਾਰਾ ਫਿਰ। ਇਸ ਕਰਕੇ ਅੱਜ ਇੱਥੇ ਵੀ ਦੇਖੋ ਕਿੰਨੇ ਲੋਕ ਆਏ ਹੈ ਸ਼ਹਿਰ ਦੇ, ਹੈ ਨਾ, ਬਹੁਤ ਸਾਰੇ ਲੋਕ ਜਾਗਰੂਕ ਵੀ ਹੋਣਗੇ, ਘਰੇ ਵੀ ਕਰਨਾ ਸ਼ੁਰੂ ਕਰਨਗੇ। ਸਾਨੂੰ ਤਾਂ ਖੁਸ਼ੀ ਹੈ ਵੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ, ਇਹੋ ਜਿਹੇ ਆਯੋਜਨ ਹੁੰਦੇ ਰਹਿਣੇ। ਨਹੀਂ, ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਜਨਰਲੀ ਹੁੰਦਾ ਇਹਦਾ ਹੀ, ਇੱਦਾਂ ਹੀ ਹੁੰਦਾ, ਬਟ ਸਾਡੀ ਕੋਸ਼ਿਸ਼ ਇਹੀ ਹੈ ਵੀ ਇਹਦਾ ਜਿਹੜਾ ਅਵੇਅਰਨੈਸ ਹੈ ਉਹ ਸਿਰਫ ਇੱਕ ਦਿਨ ਤੱਕ ਸੀਮਿਤ ਨਾ ਰਹੇ, ਸਿਰਫ ਇਹ ਸੈਲੀਬ੍ਰੇਸ਼ਨ ਬਣ ਕੇ ਨਾ ਰਹਿ ਜੇ। ਸੈਲੀਬ੍ਰੇਸ਼ਨ ਤਾਂ ਪੂਰੀ ਲਾਈਫ ਚੱਲਣਾ ਚਾਹੀਦਾ, ਇਜ਼ਨਟ ਇਟ? ਤੁਹਾਨੂੰ ਲੱਗਦਾ ਨਹੀਂ ਲਾਈਫ ਦੀ ਸੈਲੀਬ੍ਰੇਸ਼ਨ ਹੋਣੀ ਚਾਹੀਦੀ? ਅਤੇ ਇਸ ਕਰਕੇ ਜੇ ਲਾਈਫ ਨੂੰ ਸੈਲੀਬ੍ਰੇਸ਼ਨ ਬਣਾਉਣਾ ਤਾਂ ਹੀ ਯੋਗਾ ਜ਼ਰੂਰੀ ਹੈ, ਬਿਕੋਜ਼ ਖੁਸ਼ ਰਹਿਣ ਦਾ ਅਧਿਕਾਰ ਹਰੇਕ ਨੂੰ ਹੈ। ਅਤੇ ਖੁਸ਼ ਰਿਹਾ ਕਿੱਦਾਂ ਜਾ ਸਕਦਾ? ਬਾਹਰ ਦੀ ਖੁਸ਼ੀਆਂ ਨਾਲ, ਵੱਡੀ ਗੱਡੀ ਨਾਲ ਜਾਂ ਵੱਡੇ ਮਕਾਨ ਨਾਲ ਨਹੀਂ ਖੁਸ਼ ਰਿਹਾ ਜਾ ਸਕਦਾ। ਜਦੋਂ ਤੁਸੀਂ ਅੰਦਰੋਂ ਸੰਤੁਸ਼ਟ ਹੋਵੋਗੇ, ਅੰਦਰੋਂ ਤੁਸੀਂ ਖੁਸ਼ ਹੋਵੋਗੇ, ਤਾਂ ਹੀ ਤੁਸੀਂ ਤੁਹਾਡੇ ਚਿਹਰੇ 'ਤੇ ਜੈਨੂਅਨ ਸਮਾਈਲ ਆ ਸਕਦੀ ਹੈ ਅਤੇ ਯੋਗਾ ਤੁਹਾਨੂੰ ਉਹ ਲੈ ਕੇ ਆਉਂਦਾ। ਇਸ ਕਰਕੇ ਗਿੱਦੜ ਬਹਾਦਰ ਤੋਂ ਕੁਲਭੂਸ਼ਣ ਗਰਗ ਦੀ ਰਿਪੋਰਟ, ਯੁਗਮਾਰ ਵੀ।